ਜਿਹੜਾ ਚਾਣਕਿਆ ਨੀਤੀ ਉਹ ਗੱਲ ਕਹਿੰਦਾ ਵਿਦਵਾਨਾਂ ਦੀ ਰਾਏ ਮੁਤਾਬਕ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਉਹਦੇ ਕੋਲ ਉਦਯੋਗ ਖੋਬ, ਇਨਸਾਫ ਖੋਬ, ਉਹਦੇ ਕੋਲ ਵਿਦਿਆ ਖੋਬ, ਪਾਣੀ ਖੋਬ, ਤੇ ਇਹ ਸਾਰਾ ਕੁਛ ਜਦੋਂ ਖਤਮ ਹੋ ਜਾਏਗਾ ਨਾ ਤੇ ਨਿਆਂ ਖੋਬ, ਪੰਜ ਚੀਜ਼ਾਂ ਨਿਆਂ, ਇਹ ਪੰਜ ਚੀਜ਼ਾਂ ਉਹਦੇ ਕੋਲੋਂ ਖੋਲੋ ਉਹ ਕੌਮ ਖਤਮ ਹੋ ਜਾਏਗੀ। ਹੌਲੀ ਹੌਲੀ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਏਡਾ ਵੱਡਾ ਪ੍ਰੋਜੈਕਟ ਹਰਿਮੰਦਰ ਸਾਹਿਬ ਲਾਇਆ, 52 ਕਿੱਤਾ ਕਿੱਤੇ ਕਰਨ ਵਾਲੇ ਪੈਦਾ ਕਰਕੇ ਇੱਥੇ ਗੁਰੂ ਸਾਹਿਬ ਨੇ ਵਸਾਏ ਸੀ, 52 ਕਿੱਤੇ ਕਰਨ ਵਾਲੇ ਇੱਥੇ ਲੋਕ ਵਸਾਏ ਗੁਰੂ ਪਾਤਸ਼ਾਹ ਨੇ, ਵੀ ਆਪਣਾ ਰਿਜਕ ਦਾ ਪ੍ਰਬੰਧ ਕਰ, ਉਦਯੋਗ ਦਾ ਕਿੱਡਾ ਵੱਡਾ ਪ੍ਰਬੰਧ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਨੇ, ਵੀ ਇੱਥੇ ਕਈਆਂ ਨੇ ਉਦਯੋਗ ਕਰਨਾ, ਰਿਜਕ ਵੀ ਕਈਆਂ ਨੂੰ ਮਿਲਣਾ, ਪਰ ਉਹ ਉਦਯੋਗ ਖੋਇਆ ਜਾ ਰਿਹਾ। ਮੈਂ ਵੱਡੀ ਜੀ ਉਦਾਹਰਣ ਦਿੰਦਾ ਤੁਹਾਡੇ ਸਾਹਮਣੇ ਤੇ ਬੜੇ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਵੀ ਸਾਡੀ ਕੌਮ ਨੇ ਤਾਂ ਉਦਯੋਗ ਪੈਦਾ ਕੀ ਕਰਨਾ ਹੈ, ਬਹੁਤ ਉਦਯੋਗ ਖੋਏ ਜਾ ਰਹੇ ਨੇ ਸਾਡੇ ਕੋਲ, ਰਿਜਕ ਦਾ ਪ੍ਰਬੰਧ ਖੋਇਆ ਜਾ ਰਿਹਾ। ਅੱਜ ਤੱਕ ਤੇ ਸਾਡੀ ਕੌਮ ਪੱਗਾਂ ਬਣਾਉਣ ਵਾਲੀ ਵੀ ਫੈਕਟਰੀ ਕੋਈ ਨਹੀਂ ਲਗਾ ਸਕੀ। ਵਿਦਵਾਨਾਂ ਦੀ ਰਾਏ ਹੈ 87 ਕਰੋੜ ਰੁਪਈਆ ਸਾਲਾਨਾ ਅਸੀਂ ਜਿਹੜੀਆਂ ਪੱਗਾਂ ਸਰੂਪੇ ਬਣਾਉਂਦੇ ਹਾਂ ਨਾ, ਜਿਹੜੇ ਅਸੀਂ ਪੱਗਾਂ ਬੰਨਦੇ ਹਾਂ ਸਰੂਪੇ, ਜਿਹੜਾ ਕੱਪੜਾ ਸਾਡੇ ਗੁਰੂ ਘਰਾਂ ਜਾਂ ਪੰਜਾਬੀ ਲੋਕ ਵਰਤਦੇ ਨੇ, ਇਹ ਕੱਪੜਾ ਕੋਈ ਪੰਜਾਬ ਵਿੱਚ ਥੋੜ੍ਹਾ ਬਣ ਰਿਹਾ ਸੀ, ਜਾਂ ਇਹ ਕੱਪੜਾ ਜਿਹੜੀਆਂ ਪੱਗਾਂ ਸਰੂਪੇ ਅਸੀਂ ਵਰਤਦੇ ਹਾਂ ਨਾ, ਇਹ ਕੱਪੜਾ ਅਤੇ ਇਹ ਪੱਗਾਂ ਦੱਖਣ ਦੇ ਲੋਕ ਬਣਾਉਂਦੇ ਨੇ ਅਤੇ 87 ਕਰੋੜ ਰੁਪਈਆ ਸਾਲਾਨਾ ਉਹਨਾਂ ਨੂੰ ਅਸੀਂ ਦਿੰਦੇ ਹਾਂ। ਅਤੇ ਜਿਹੜੀਆਂ ਪੱਗਾਂ ਬਣਦੀਆਂ ਨੇ ਨਾ, ਇਹ ਅਸਲ 'ਚ ਪੱਗਾਂ ਨਹੀਂ ਹੁੰਦੀਆਂ, ਇਹ ਧੋਤੀਆਂ ਹੁੰਦੀਆਂ ਨੇ, ਜੇ ਪੱਗਾਂ ਹੀ ਬਣਦੀਆਂ ਹੁੰਦੀਆਂ ਤਾਂ ਸੀਣ ਪਾ ਕੇ ਦਿੰਦੇ, ਇਹ ਧੋਤੀਆਂ ਹੁੰਦੀਆਂ ਨੇ ਪਰ ਇਹਨੂੰ ਪੇਂਟ ਅੱਗੋਂ ਕਲਰ ਕਰਕੇ ਗਾਂ ਵੇਚਿਆ ਜਾਂਦਾ ਹੈ ਪੱਗਾਂ ਦੇ ਤੌਰ ਤੇ। ਤੇ ਇਹ ਸੱਚ ਜਾਣਨਾ, ਜੇ ਸਾਡੀ ਕੌਮ ਨੇ ਇਸ ਬਾਰੇ ਸੋਚਣਾ ਹੁੰਦਾ ਨਾ ਵੀ ਇਹ ਜਿਹੜੀਆਂ ਚਾਣਕੀ ਦੀਆਂ ਨੀਤੀਆਂ ਸੀ ਵੀ ਕੌਮ ਨੂੰ ਖਤਮ ਕਰਨ ਵਾਸਤੇ ਉਹਦਾ ਉਦਯੋਗ ਖੋਵੋ, ਤੇ ਗੁਰੂ ਸਾਹਿਬ ਦੇ ਘਰ ਨੇ ਹਰ ਇੱਕ ਉਦਯੋਗ, 6ਵੇਂ ਪਾਤਸ਼ਾਹ ਨੇ ਖੂਹ ਨਹੀਂ ਲਵਾਏ, 5ਵੇਂ ਪਾਤਸ਼ਾਹ ਨੇ ਖੂਹ ਨਹੀਂ ਲਵਾਏ, 9ਵੇਂ ਪਾਤਸ਼ਾਹ ਨੇ ਬੌਲੀਆਂ ਨਹੀਂ ਬਣਵਾਈਆਂ, ਗੁਰੂ ਤੇਗ ਬਹਾਦਰ ਸਾਹਿਬ ਨੇ ਨਹੀਂ ਸੀ ਹਰ ਕਾਰਜ ਕਰਵਾਇਆ, ਵੀ ਜਿੱਥੇ ਪਾਣੀ ਦਾ ਪਿੰਡ ਦਾ ਪ੍ਰਬੰਧ ਸੀ ਉੱਥੇ ਖੇਤਾਂ 'ਚ ਖੂਹ ਵੀ ਲਵਾਏ ਵੀ ਇਹਨਾਂ ਲੋਕਾਂ ਦਾ ਉਦਯੋਗ ਸਹੀ ਚੱਲ ਸਕੇ, ਰਿਜਕ ਜਿਹੜਾ ਇਹਨਾਂ ਨੇ ਕਮਾਉਣਾ ਇਹਨਾਂ ਨੂੰ ਮਿਹਨਤ ਕਰਨੀ ਆ ਗਈ, ਇਹੀ ਉਦਯੋਗ ਖੋਇਆ ਜਾ ਰਿਹਾ, ਪਾਣੀ ਨਹੀਂ ਖੋਇਆ ਜਾ ਰਿਹਾ, ਉਦਯੋਗ ਨਹੀਂ ਖੋਇਆ ਜਾ ਰਿਹਾ, ਨਿਆਂ ਨਹੀਂ ਖੋਇਆ ਜਾ ਰਿਹਾ, ਇਹ ਸਾਡੇ ਉੱਤੇ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਹਮਲਾ ਹੈ, ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਸ ਬਣਾਈ ਹੋਈ ਵਿਚਾਰ ਅਨੁਕੂਲ ਸਮਝੇ ਕਿ ਗੁਰੂ ਸਾਹਿਬ ਨੇ ਸਾਨੂੰ ਰਿਜਕ ਦਾ ਪ੍ਰਬੰਧ ਕਰਨਾ ਦੱਸਿਆ, ਹਰ ਇੱਕ ਢੰਗ ਦੱਸਿਆ ਸੀ, ਵੇਖੋ ਕਿੱਡੀ ਉਦਾਹਰਨ ਕਮਾਲ ਦੀ ਹੈ, ਹੋਵੇ ਦੁਨੀ ਹੋਵੇ ਹਿੰਦੁਸਤਾਨ ਦਾ ਬਾਦਸ਼ਾਹ ਤੇ ਉਹਦਾ ਪੁੱਤਰ ਬਿਮਾਰ ਹੋ ਜਾਏ, ਹਿੰਦੁਸਤਾਨ ਦੇ ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਜਾਏ ਤੇ ਰੂਮ ਦੇ ਦੇਸ਼ ਤੱਕ, ਰੂਮ ਦੇਸ਼ ਤੇ ਈਰਾਨ ਦੇਸ਼ ਤੱਕ ਵੈਦ ਛੱਡ ਲਵੇ, ਦੂਰ ਦਰਾਡੇ ਰੂਮ ਤੋਂ ਈਰਾਨ ਤੋਂ ਏਡੀ ਏਡੀ ਦੂਰ ਕੀ ਬਗਦਾਦ ਤੋਂ ਵੀ ਵੈਦ ਆ ਜਾਂਦਾ ਪਰ ਉਹਦਾ ਇਲਾਜ ਨਹੀਂ ਕਰ ਪਾਉਂਦਾ। ਅਖੀਰ ਇੱਕ ਸਲਾਹ ਮਿਲਦੀ ਹੈ ਵੀ ਜੇ ਤੇਰੇ ਪੁੱਤਰ ਦਾ ਇਲਾਜ ਹੋ ਸਕਦਾ ਤੇ ਪੰਜਾਬ ਤੋਂ ਹੋ ਸਕਦਾ, ਤੂੰ ਪੰਜਾਬ ਤੋਂ ਕਿਹੜਾ ਥਾਂ ਸੀ, ਉਹ ਧੰਨ ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਸੀ, ਜਦੋਂ ਦਾਰਾ ਸ਼ਿਕੋਹ ਨੂੰ ਸ਼ੇਰ ਦਾ ਸ਼ੇਰ ਦੀ ਮੁੱਛ ਦਾ ਵਾਲ ਖਵਾਇਆ ਗਿਆ ਸੀ ਤੇ ਚਿੱਟੀ ਹਰੜ ਗੁਰੂ ਹਰਿ ਰਾਏ ਸਾਹਿਬ ਕੋਲੋਂ ਮਿਲੀ ਸੀ, ਕਿਸੇ ਵੈਦ ਕੋਲ ਨਹੀਂ ਸੀ, ਇੱਥੋਂ ਅੰਦਾਜ਼ਾ ਲਾਉਣਾ ਉਦੋਂ ਪੰਜਾਬ ਦਾ ਪ੍ਰਬੰਧ ਕਿੱਡਾ ਉੱਚਾ ਸੀ, ਗੁਰੂ ਸਾਹਿਬ ਨੇ ਇਸ ਪੱਧਰ ਨੂੰ ਕਿੰਨਾ ਉੱਚਾ ਕੀਤਾ, ਕਿੱਥੇ ਕਿੱਥੇ ਲਿਜਾ ਗਏ ਆਪਾਂ। ਅੱਜ ਬੰਦਾ ਇਲਾਜ ਕਰਵਾਉਣ ਵਾਸਤੇ ਦੂਰੇ ਦੂਸਰੇ ਦੇਸ਼ ਜਾ ਰਿਹਾ, ਦੂਸਰੀ ਸਟੇਟ ਤੇ ਜਾ ਰਿਹਾ ਤੇ ਕਿਤੇ ਸਮਾਂ ਸੀ ਦੂਸਰੀ ਸਟੇਟ ਦਾ ਬੰਦਾ ਪੰਜਾਬ 'ਚ ਇਲਾਜ ਕਰਵਾਉਣ ਆ ਰਿਹਾ ਸੀ, ਹੈਰਾਨ ਵਾਲੀ ਗੱਲ, ਇਹੋ ਜਿਹੇ ਹਾਲਾਤ ਬਣਾ ਕੇ ਰੱਖ ਦਿੱਤੇ। ਅੱਜ ਕੈਂਸਰ ਟ੍ਰੇਨ, ਕੈਂਸਰ ਐਕਸਪ੍ਰੈਸ ਟ੍ਰੇਨ ਚੜਾ ਦਿੱਤੀ ਪੰਜਾਬ ਦੇ ਵਿੱਚ, ਵੀ ਆਹ ਤੁਹਾਡਾ ਪੰਜਾਬ ਦੇ